ਅਰਧਨਾਰੀ ਈਸ਼ਵਰ ਤਾਂ ਸਭ ਨੇ ਸੁਣਿਆ ਹੋਵੇਗਾ। ਭਾਰਤ ਵਿੱਚ ਰੱਬ ਨੂੰ ਨਿਰੰਕਾਰ ਕਿਹਾ ਜਾਂਦਾ ਹੈ, ਪਰ ਮਨੁੱਖ ਨਿਰੰਕਾਰ ਦਾ ਵੀ ਆਕਾਰ ਚਿਤਵ ਲੈਂਦਾ ਹੈ, ਕਿਉਂਕਿ ਦੀ ਹਿਊਮਨ ਮਾਇੰਡ ਕੈਨ ਨੈਵਰ ਥਿੰਕ ਅਦਰ ਦੈਨ ਇਨ ਹਿਊਮਨ ਟਰਮਸ। ਮਨੁੱਖੀ ਮਨ ਦੇ ਚਿਤਵੇ ਹੋਏ ਨਿਰੰਕਾਰ ਨੂੰ ਈਸ਼ਵਰ ਕਿਹਾ ਜਾਂਦਾ ਹੈ। ਭਾਰਤੀ ਮਨ ਨੇ ਉਸ ਨਿਰੰਕਾਰ ਜਾਂ ਨਿਰਗੁਣ ਨੂੰ ਨਾਰੀ ਅਤੇ ਨਰ ਅਰਥਾਤ ਅਰਧਨਾਰੀ ਈਸ਼ਵਰ ਦੇ ਰੂਪ ਵਿੱਚ ਚਿਤਵਿਆ ਹੈ। ਇਸ ਸ੍ਰਿਸ਼ਟੀ ਦੇ ਕਰਤੇ ਨੂੰ ਪੁਰਖ ਕਿਹਾ ਗਿਆ ਹੈ ਅਤੇ ਉਸਦੀ ਇਸ ਕਿਰਤ ਅਰਥਾਤ ਪ੍ਰਕਿਰਤੀ ਨੂੰ ਨਾਰੀ ਕਿਹਾ ਗਿਆ ਹੈ। ਉਹ ਪੁਰਖ ਅਤੇ ਇਹ ਇਸਤਰੀ ਲਗਾਤਾਰ ਪਿਆਰ ਵਿੱਚ ਮਸਤ ਹਨ। ਅਸਲ ਵਿੱਚ ਇਹ ਪਿਆਰ ਹੀ ਨਿਰੰਕਾਰ ਹੈ। ਯੂਨਾਨੀ ਦੇਵਤੇ ਹਰਮੈਸ ਨੇ ਵੀ ਰੱਬ ਨੂੰ ਨਾਰੀ ਅਤੇ ਨਰ ਦੇ ਸਾਂਝੇ ਰੂਪ ਵਿੱਚ ਚਿਤਵਿਆ ਹੈ। ਉਸ ਦਾ ਮੰਨਣਾ ਹੈ ਕਿ ਜਦ ਨਾਰੀ ਅਤੇ ਨਰ ਪਿਆਰ ਵਿੱਚ ਹੁੰਦੇ ਹਨ ਉਸ ਵੇਲੇ ਉਹ ਰੱਬ ਹੁੰਦੇ ਹਨ। ਭਾਰਤ ਦੇ ਪਹਿਲੇ ਕਵੀ ਮਹਾਰਿਸ਼ੀ ਵਾਲਮੀਕ ਜੀ ਨੇ ਪਹਿਲਾ ਸਲੋਕ ਉਦੋਂ ਲਿਖਿਆ ਸੀ ਜਦ ਕਿਸੇ ਸ਼ਿਕਾਰੀ ਨੇ ਗੰਗਾ ਨਦੀ ਦੇ ਕਿਨਾਰੇ ਪਿਆਰ ਵਿੱਚ ਮਸਤ ਦੋ ਪੰਛੀਆਂ ਦੇ ਤੀਰ ਮਾਰਿਆ ਸੀ। ਜਿਸ ਤੜਪ ਨਾਲ ਇੱਕ ਪੰਛੀ ਦੀ ਮੌਤ ਹੋ ਗਈ, ਦੂਸਰੇ ਪੰਛੀ ਦੀ ਤੜਪ ਅਤੇ ਵਿਰਲਾਪ ਨੂੰ ਵਾਲਮੀਕ ਜੀ ਨੇ ਆਪਣੇ ਦਿਲ ਵਿੱਚ ਮਹਿਸੂਸ ਕੀਤਾ ਤਾਂ ਜਿਸ ਸਲੋਕ ਦੀ ਰਚਨਾ ਹੋਈ ਉਹ ਭਾਰਤ ਦੀ ਪਹਿਲੀ ਕਵਿਤਾ ਹੈ, ਜਿਸ ਦਾ ਤਰਜਮਾ ਕੁਝ ਇਸ ਤਰ੍ਹਾਂ ਹੋ ਸਕਦਾ ਹੈ। ਤੈਨੂੰ ਰਹਿੰਦੀ ਦੁਨੀਆ ਤੱਕ ਕਦੇ ਚੈਨ ਨਸੀਬ ਨਹੀਂ ਹੋਣਾ, ਜੋ ਤੂੰ ਬਿਨਾਂ ਸੋਚੇ ਪਿਆਰ ਵਿੱਚ ਮਸਤ ਪੰਛੀ ਮਾਰ ਦਿੱਤਾ। ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤੀ ਕਵਿਤਾ ਦਾ ਪਰਮ ਅਤੇ ਪੁਰਖ ਬਿੰਦੂ ਪਿਆਰ ਦਾ ਪਵਿੱਤਰ ਅਹਿਸਾਸ ਹੈ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਵੀ ਰੁਕਾਵਟ ਅਪਵਿੱਤਰ ਹੈ। ਦਸਮ ਪਾਤਸ਼ਾਹ ਨੇ ਜਦ ਕਿਹਾ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਤਾਂ ਉਹ ਅਜਿਹੇ ਕਾਵਿ ਸ਼ਾਸਤਰ ਵੱਲ ਹੀ ਸੰਕੇਤ ਕਰ ਰਹੇ ਸਨ ਜਿਸ ਵਿੱਚ ਪਿਆਰ ਰੱਬ ਦਾ ਨਾਂ ਹੋ ਗਿਆ ਹੋਵੇ। ਉਕਤ ਵਿਚਾਰ ਮੁਤਾਬਿਕ ਕਿਹਾ ਜਾ ਸਕਦਾ ਹੈ ਕਿ ਜਿਹਦਾ ਵੀ ਪਿਆਰ ਕਰਨ ਨੂੰ ਜੀ ਕਰਦਾ ਹੈ ਉਹ ਕਵੀ ਹੈ, ਬੇਸ਼ੱਕ ਉਹਨੇ ਕਦੇ ਵੀ ਕੋਈ ਕਵਿਤਾ ਨਾ ਲਿਖੀ ਹੋਵੇ। ਇਸ ਦੇ ਉਲਟ ਜਿਹੜਾ ਵੀ ਪਿਆਰ ਦਾ ਦੋਖੀ ਹੈ ਉਹ ਜਿੰਨੇ ਮਰਜ਼ੀ ਕਾਗਜ਼ ਕਾਲੇ ਕਰ ਲਵੇ ਉਹ ਕਦੇ ਵੀ ਕਵੀ ਨਹੀਂ ਕਿਹਾ ਜਾ ਸਕਦਾ। ਪੰਜਾਬੀ ਦੇ ਕਵੀ ਸ਼ਿਵ ਕੁਮਾਰ ਦੀ ਕਵਿਤਾ ਦੇ ਇੱਕ ਇੱਕ ਵਾਕ ਨਹੀਂ, ਸ਼ਬਦ ਨਹੀਂ, ਬਲਕਿ ਇੱਕ ਇੱਕ ਅੱਖਰ ਵਿੱਚ ਵਾਲਮੀਕ ਜੀ ਵਾਲੀ ਵੇਦਨਾ ਬੋਲਦੀ ਹੈ। ਜਿਵੇਂ ਸ਼ਿਵ ਕੁਮਾਰ ਖੁਦ ਉਹ ਪੰਛੀ ਹੋਵੇ ਜਿਸ ਨੂੰ ਗੰਗਾ ਨਦੀ ਦੇ ਕਿਨਾਰੇ ਵਾਲਮੀਕ ਜੀ ਦੇ ਸਾਹਮਣੇ ਪਿਆਰ ਕਰਦਿਆਂ ਕਿਸੇ ਸ਼ਿਕਾਰੀ ਨੇ ਤੀਰ ਮਾਰ ਕੇ ਪ੍ਰੁੰਨ ਦਿੱਤਾ ਹੋਵੇ। ਸ਼ਿਵ ਕੁਮਾਰ ਦੀ ਕਾਵਿ ਸੰਵੇਦਨਾ ਵਿੱਚ ਅੱਜ ਵੀ ਉਸ ਪ੍ਰੁੰਨੇ ਹੋਏ ਤੀਰ ਦਾ ਦਰਦ ਮਹਿਸੂਸ ਕੀਤਾ ਜਾ ਸਕਦਾ ਹੈ। ਪਿਆਰ ਦੇ ਉਸ ਸੇਕ ਅਤੇ ਦਰਦ ਨੂੰ ਮਹਿਸੂਸ ਕਰਨ ਲਈ ਸ਼ਿਵ ਕੁਮਾਰ ਦੀ ਕਵਿਤਾ ਦਾ ਵਾਕ ਲਿਆ ਜਾ ਸਕਦਾ ਹੈ। ਉਹ ਲਿਖਦਾ ਹੈ, ਕਿੱਥੇ ਸੌ ਜਦ ਜਿੰਦ ਮਜਾਜਣ ਨਾ ਲੈ ਲੈ ਕੁਰਲਾਈ, ਉਮਰ ਚੰਦੋਆ ਤਾਣ ਵਿਚਾਰੀ ਗਮ ਦੀ ਬੀੜ ਰਖਾਈ, ਕਿੱਥੇ ਸੌ ਜਦ ਵਾਕ ਲੈਂਦਿਆਂ ਹੋਠ ਨਾ ਅਸੀਂ ਹਿਲਾਏ, ਮੇਰੇ ਰਾਮ ਜੀਓ। ਕਹਿੰਦੇ ਹਨ ਬਾਬੇ ਫਰੀਦ ਦੇ ਮਲਫੂਜ਼ਾਤ ਵਿੱਚ ਲਿਖਿਆ ਹੈ ਕਿ ਜਦੋਂ ਆਪਣੇ ਕਿਸੇ ਮੁਰੀਦ 'ਤੇ ਵਧੇਰੇ ਖੁਸ਼ ਹੁੰਦੇ ਸਨ ਤਾਂ ਉਸਨੂੰ ਦੁਆ ਦਿੰਦੇ ਸਨ ਕਿ ਰੱਬ ਉਸਨੂੰ ਦਰਦ ਦੇਵੇ। ਇਵੇਂ ਲੱਗਦਾ ਹੈ
ਜਿਵੇਂ ਸ਼ਿਵ ਕੁਮਾਰ ਨੂੰ ਵੀ ਕਿਸੇ ਜਨਮ ਵਿੱਚ ਬਾਬੇ ਫਰੀਦ ਵਾਲੀ ਦਰਦ ਦੀ ਦਾਤ ਮਿਲ ਗਈ ਹੋਵੇ। ਇਸੇ ਲਈ ਤਾਂ ਉਸਨੇ ਵੀ ਪਿਆਰ ਦੇ ਦਰਦ ਅਰਥਾਤ ਬਿਰਹਾ ਦੇ ਗੀਤ ਹੀ ਗਾਏ ਅਤੇ ਖੁਦ ਬਿਰਹਾ ਦਾ ਹੀ ਦੂਸਰਾ ਨਾਂ ਹੋ ਗਿਆ। ਸ਼ਿਵ ਕੁਮਾਰ ਦੀ ਕਵਿਤਾ ਪੰਜਾਬੀ ਸੱਭਿਅਤਾ ਅਤੇ ਸੱਭਿਆਚਾਰ ਦਾ ਕੈਟਾਲੋਗ ਹੈ। ਇਹ ਸਿਫਤ ਕਿਸੇ ਵੀ ਹੋਰ ਕਵੀ ਦੇ ਖਾਤੇ ਵਿੱਚ ਨਹੀਂ ਪਾਈ ਜਾ ਸਕਦੀ। ਕੋਈ ਦੱਸੇ ਜੇ ਕਿਸੇ ਦੀ ਕਵਿਤਾ ਵਿੱਚ ਰਸੌਂਤ ਸ਼ਬਦ ਆਇਆ ਹੋਵੇ। ਬਾਲਮੀਕ ਹੋਣਾ ਸਾਹਮਣੇ ਮਾਰੇ ਗਏ ਪੰਛੀ ਦੇ ਵਿਰਲਾਪ ਅਤੇ ਪੀੜਾਂ ਦਾ ਪਰਾਗਾ ਸ਼ਿਵ ਕੁਮਾਰ ਤੋਂ ਬਾਅਦ ਸੋਹਣ ਸਿੰਘ ਮੀਸ਼ੇ ਦੀ ਕਵਿਤਾ ਵਿੱਚ ਮਹਿਸੂਸ ਕੀਤਾ ਗਿਆ। ਮੀਸ਼ੇ ਦੀ ਕਵਿਤਾ ਬੇਸ਼ੱਕ ਪੰਜਾਬੀ ਸੱਭਿਅਤਾ ਦਾ ਕੈਟਾਲੋਗ ਨਹੀਂ ਹੈ, ਪਰ ਉਸਨੇ ਪਿਆਰ ਦੇ ਡਿੱਗਦੇ ਮਿਆਰਾਂ ਦੀ ਕੈਟਾਲੋਗਿੰਗ ਕੀਤੀ ਹੈ। ਉਸ ਦੇ ਮੁਤਾਬਿਕ ਹੁਣ ਪਿਆਰ ਵਿੱਚ ਮਸਤ ਪੰਛੀਆਂ ਦਾ ਕੋਈ ਸ਼ਿਕਾਰ ਨਹੀਂ ਕਰਦਾ, ਹੁਣ ਪਿਆਰ ਖੁਦ ਡਿੱਗਦੇ ਮਿਆਰ ਦਾ ਸ਼ਿਕਾਰ ਹੋ ਗਿਆ, ਹੁਣ ਪਿਆਰ ਵਿੱਚੋਂ ਨਿੱਘ ਖਤਮ ਹੋ ਰਿਹਾ ਹੈ। ਉਹ ਲਿਖਦਾ ਹੈ, ਲੋ ਹੀ ਲੋ ਸੀ ਨਿੱਘ ਨਹੀਂ ਸੀ, ਦੇਖ ਲਿਆ ਮੈਂ ਜੁਗ ਨੂੰ ਫੜ ਕੇ। ਇਹੋ ਜਿਹੇ ਪਿਆਰ 'ਤੇ ਉਹ ਕਟਾਕਸ਼ ਕਰਦਾ ਹੈ। ਸਿਖਰ ਦੁਪਹਿਰੇ ਕੱਲ ਇੱਕ ਰਾਹੀ ਡਿੱਗਾ ਆਪਣੀ ਛਾਂ ਵਿੱਚ ਅੜ ਕੇ। ਸ਼ਿਵ ਕੁਮਾਰ ਅਤੇ ਮੀਸ਼ੇ ਦੇ ਇਲਾਵਾ ਹੋਰ ਅਨੇਕਾਂ ਨਾਂ ਹਨ ਜਿਨ੍ਹਾਂ ਵਿੱਚ ਉਸ ਪੰਛੀ ਦੀ ਪੀੜਾ ਦੇਖੀ ਜਾ ਸਕਦੀ ਹੈ ਅਤੇ ਜਿਨ੍ਹਾਂ ਨੂੰ ਅਸੀਂ ਕਵਿਤਾ ਦੇ ਸਿਰ ਦੇ ਤਾਜ ਤੱਕ ਸਮਝਿਆ। ਪਰ ਜਿਸਨੇ ਲਗਾਤਾਰ ਉਸ ਮਿੰਨੀ ਮਿੰਨੀ ਚੁਭਨ ਜਿਹੀ ਪਿਆਰ ਵੇਦਨਾ ਨੂੰ ਕਵਿਤਾ ਦਾ ਲਿਬਾਸ ਪਹਿਨਾਇਆ, ਉਹ ਕਲਮ ਸੁਰਜੀਤ ਪਾਤਰ ਨੂੰ ਨਸੀਬ ਹੋਈ, ਜਿਸ ਕਰਕੇ ਉਸਦੀ ਕਵਿਤਾ ਤਕਰੀਬਨ ਹਰ ਪੰਜਾਬੀ ਦੇ ਦਿਲ ਦੇ ਕਰੀਬ ਹੋ ਗਈ। ਇਹ ਸੱਤਰ ਕਿਸੇ ਹੋਰ ਕਿਹੜੇ ਕਵੀ ਬਾਰੇ ਕਹੀ ਜਾ ਸਕਦੀ ਹੈ? ਕਈ ਆਖਦੇ ਹਨ ਕਿ ਪਾਤਰ ਹਰ ਸਾਹਿਤਕ ਸੰਮੇਲਨ ਵਿੱਚ ਪੁੱਜ ਜਾਂਦਾ ਹੈ। ਇਸ ਵੱਡੀ ਸਿਫਤ ਨੂੰ ਵੀ ਕਈ ਲੋਕ ਉਸਦੇ ਔਗਣ ਵਜੋਂ ਦੇਖਦੇ ਹਨ। ਪਾਤਰ ਜਿਹਾ ਨਿਮਰ ਅਤੇ ਕੋਮਲ ਭਾਵ ਇਨਸਾਨ ਸ਼ਾਇਦ ਹੀ ਸਾਡੇ ਸਾਹਿਤਕਾਰਾਂ ਵਿੱਚ ਕੋਈ ਹੋਰ ਹੋਵੇ। ਪਾਤਰ ਦੀ ਸੰਗਤ ਕਵਿਤਾ ਦੀ ਸੰਗਤ ਹੈ, ਉਸਦੀ ਸੋਹਬਤ ਮੁਹੱਬਤ ਦਾ ਦੂਸਰਾ ਨਾਂ ਹੈ। ਜਿਹੜੇ ਵੀ ਲੋਕ ਸਮਝਦੇ ਹਨ ਕਿ ਪਾਤਰ ਹਕੂਮਤ ਦੇ ਵਿਰੁੱਧ ਝੰਡਾ ਨਹੀਂ ਚੁੱਕਦਾ, ਸੜਕ ਦੇ ਸਾਈਨ ਬੋਰਡਾਂ 'ਤੇ ਕੂਚੀ ਨਹੀਂ ਫੇਰਦਾ, ਧਰਨੇ ਨਹੀਂ ਦਿੰਦਾ ਜਾਂ ਰੈਲੀਆਂ ਨਹੀਂ ਕਰਦਾ, ਉਹ ਲੋਕ ਕਵਿਤਾ ਅਤੇ ਨਾਅਰਿਆਂ ਵਿਚਲਾ ਫਰਕ ਸਮਝਣ ਤੋਂ ਅਸਮਰੱਥ ਹਨ। ਅਜਿਹੇ ਲੋਕਾਂ ਦੀ ਸਾਹਿਤਕ ਸਮਝ ਉੱਤੇ ਤਰਸ ਹੀ ਕੀਤਾ ਜਾ ਸਕਦਾ ਹੈ। ਬਹੁਤ ਲੋਕ ਅਜਿਹੇ ਹਨ ਜੋ ਕਵਿਤਾ ਨੂੰ ਨਫ਼ਰਤ ਦੀ ਪੁੱਠ ਨਾਲ ਪਾਲਦੇ ਹਨ ਅਤੇ ਉਸਨੂੰ ਨਾਅਰੇ ਦੇ ਕਬਜ਼ ਵਿੱਚ ਕੈਦ ਕਰ ਲੈਂਦੇ ਹਨ। ਅਜਿਹੇ ਲੋਕਾਂ ਨੂੰ ਸੁਰਜੀਤ ਪਾਤਰ ਦੀ ਕਵਿਤਾ ਹਜ਼ਮ ਨਹੀਂ ਹੁੰਦੀ ਅਤੇ ਉਸਦੀ ਸ਼ੋਹਰਤ ਵੀ ਬਰਦਾਸ਼ਤ ਨਹੀਂ ਹੁੰਦੀ। ਅਜਿਹੇ ਲੋਕ ਭੁੱਲ ਜਾਂਦੇ ਹਨ ਕਿ ਹੁਣ ਦੀ ਹਕੂਮਤ ਨਾ ਜਾਵਰ ਮੁਗਲਾਂ ਵਾਂਗ ਉੱਪਰੋਂ ਚੜ੍ਹ ਕੇ ਆਈ ਹੈ ਅਤੇ ਨਾ ਚੋਰਾਂ ਜਾਂ ਅੰਗਰੇਜ਼ਾਂ ਵਾਂਗ ਅੰਦਰ ਵੜ ਕੇ ਆਈ ਹੈ। ਅਜੋਕੀ ਹਕੂਮਤ ਅਸੀਂ ਆਪ ਚੁਣੀ ਹੈ, ਪਹਿਲਾਂ ਹਕੂਮਤ ਨੂੰ ਚੁਣ ਲੈਣਾ ਅਤੇ ਫਿਰ ਉਸਦਾ ਆਪੇ ਹੀ ਵਿਰੋਧ ਕਰਨ ਲੱਗ ਪੈਣਾ, ਨਾ ਇਹ ਸਿਆਣਪ ਹੈ ਅਤੇ ਨਾ ਦਿਆਨਤਦਾਰੀ। ਗਾਲਿਬ ਨੇ ਲਿਖਿਆ ਸੀ ਕਿ ਰਗੋਂ ਮੇਂ ਦੌੜਤੇ ਫਿਰਨੇ ਕੇ ਹਮ ਨਹੀਂ ਕਾਇਲ, ਜਬ ਆਂਖ ਹੀ ਸੇ ਨਾ ਟਪਕਾ ਤੋ ਫਿਰ ਲਹੂ ਕਿਆ ਹੈ। ਜਿਨ੍ਹਾਂ ਦੀਆਂ ਅੱਖਾਂ ਵਿੱਚ ਲਹੂ ਉਤਰਦਾ ਹੈ ਉਹ ਹੋਰ ਜੋ ਮਰਜ਼ੀ ਹੋਣ ਕਵੀ ਨਹੀਂ ਹੁੰਦੇ। ਰਗਾਂ ਵਿੱਚ ਦੌੜਦਾ ਲਹੂ ਕਵੀ ਦੀ ਅੱਖ ਦਾ ਅੱਥਰੂ ਬਣਦਾ ਹੈ। ਪਾਤਰ ਨੇ ਲਿਖਿਆ ਸੀ, ਕਿਸੇ ਦਾ ਸੂਰਜ, ਕਿਸੇ ਦਾ ਦੀਵਾ,
ਕਿਸੇ ਦਾ ਤੀਰ ਕਮਾਨ, ਸਾਡੀ ਅੱਖ ਚੋਂ ਡਿੱਗਦਾ ਹੰਝੂ, ਸਾਡਾ ਚੋਣ ਨਿਸ਼ਾਨ। ਕਵਿਤਾ ਲਹੂ ਨਹੀਂ ਹੁੰਦੀ, ਹੰਝੂ ਹੁੰਦੀ ਹੈ।